ਦੇਖੋ ਕਰਜੂਗੀ ਮਾਂ ਦਾ ਕਾਰਾ, ਆਪਣੇ ਜਿਗਰ ਦੇ ਟੋਟੇ ਨੂੰ ਛੱਪੜ ਵਿੱਚ ਸੁੱਟ ਕੇ ਹੋ ਗਈ ਫਰਾਰ। ਪੁਲਿਸ ਨੇ ਨਵਜੰਮੇ ਬੱਚੇ ਦੀ ਲਾਸ਼ ਕੀਤੀ ਬਰਾਮਦ। ਲੋਕੀ ਤਰਸਦੇ ਆ ਬੱਚਿਆਂ ਨੂੰ, ਠੀਕ ਹੈ ਜੀ, ਮੁੱਲ ਖਰੀਦਣ ਦਾ ਹੀ ਜਾਂਦੇ ਆ ਵੀ ਮੈਂ ਤਾਂ ਕਰਦੇ ਲੋਕਾਂ ਨੇ ਸਾਨੂੰ ਦੇ ਦਿਓ, ਅਤੇ ਪਰ ਇਹ ਕਿਸੇ ਨੇ ਇੱਦਾਂ ਦਾ ਕੰਮ ਕੀਤਾ ਵੀ ਜੰਮ ਕੇ ਅਤੇ ਪਾਣੀ ਦੇ ਵਿੱਚ ਛੱਪੜ ਦੇ ਵਿੱਚ ਸੁੱਟਿਆ ਹੋਇਆ ਸੀਗਾ ਜੀ। ਪਿੰਡ ਸਰਾਏ ਜੱਟਾਂ ਦੇ ਕੋਈ ਨਜ਼ਦੀਕ ਛੱਪੜ ਹੈਗਾ ਵਾ, ਉੱਥੋਂ ਵੀ ਭਰੂਣ ਮਿਲਿਆ। ਦੇਖੋ ਕਰਜੂਗੀ ਮਾਂ ਦਾ ਕਾਰਾ, ਆਪਣੇ ਜਿਗਰ ਦੇ ਟੋਟੇ ਨੂੰ ਛੱਪੜ ਵਿੱਚ ਸੁੱਟ ਕੇ ਹੋ ਗਈ ਫਰਾਰ। ਪੁਲਿਸ ਨੇ ਨਵਜੰਮੇ ਬੱਚੇ ਦੀ ਲਾਸ਼ ਕੀਤੀ ਬਰਾਮਦ। ਸੁਲਤਾਨਪੁਰ ਲੋਧੀ ਦੇ ਪਿੰਡ ਸਰਾਏ ਜੱਟਾਂ ਦੇ ਛੱਪੜ ਵਿੱਚੋਂ ਇੱਕ ਨਵਜਾਤ ਭਰੂਣ ਮਿਲਿਆ। ਭਰੂਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਥਾਨਕ ਲੋਕ ਕਿਸੇ ਧਾਰਮਿਕ ਜਗ੍ਹਾ ਉੱਤੇ ਨਤਮਸਤਕ ਹੋਣ ਲਈ ਜਾ ਰਹੇ ਸੀ। ਪਹਿਲਾਂ ਤਾਂ ਲੋਕਾਂ ਨੂੰ ਇੱਕ ਗੁੱਡਾ ਪ੍ਰਤੀਤ ਹੋਇਆ, ਪਰ ਉਸਨੂੰ ਨੇੜਿਓਂ ਵੇਖ ਕੇ ਇਸ ਦੇ ਭਰੂਣ ਹੋਣ ਦੀ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁਲਿਸ ਪਹੁੰਚੀ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਜਟਾਨੀ ਸਰਾਂ ਦੇ ਰਹਿਣ ਵਾਲੇ ਹਾਂ ਜੀ। ਸਾਡੇ ਪਿੰਡ ਛੱਪੜ ਦੇ ਉੱਤੇ ਅੱਜ ਕਿਸੇ ਨੇ ਇੱਦਾਂ ਦਾ ਕੰਮ ਕੀਤਾ ਆ ਵੀ ਜਿਹੜਾ ਸੋਚਿਆ ਵੀ ਡਰ ਲੱਗਦਾ ਹੈ ਜੀ। ਇੱਕ ਛੋਟੀ ਜਿਹੀ ਬੱਚੀ ਨੂੰ ਜਨਮ ਦੇ ਕੇ ਅਤੇ ਛੱਪੜ ਦੇ ਵਿੱਚ ਸੁੱਟਿਆ ਗਿਆ, ਇੰਨਾ ਜ਼ਿਆਦਾ ਘਟੀਆ ਕੰਮ ਆ ਜੀ। ਸਾਨੂੰ ਆਪਣੇ ਆਪ ਨੂੰ ਸ਼ਰਮ ਆਉਣ ਡਈ ਆ ਵੀ ਜਿਸ ਇਨਸਾਨ ਨੇ ਇਹ ਕੰਮ ਕੀਤਾ ਆ। ਕਈ ਲੋਕ ਆ, ਲੋਕੀ ਤਰਸਦੇ ਆ ਬੱਚਿਆਂ ਨੂੰ, ਠੀਕ ਹੈ ਜੀ, ਮੁੱਲ ਖਰੀਦਣ ਦਾ ਹੀ ਜਾਂਦੇ ਆ ਵੀ ਮੈਂ ਤਾਂ ਕਰਦੇ ਲੋਕਾਂ ਨੇ ਸਾਨੂੰ ਦੇ ਦਿਓ, ਅਤੇ ਪਰ ਇਹ ਕਿਸੇ ਨੇ ਇੱਦਾਂ ਦਾ ਕੰਮ ਕੀਤਾ ਵੀ ਜੰਮ ਕੇ ਅਤੇ ਪਾਣੀ ਦੇ ਵਿੱਚ ਛੱਪੜ ਦੇ ਵਿੱਚ ਸੁੱਟਿਆ ਹੋਇਆ ਸੀਗਾ ਜੀ। ਅਤੇ ਸਾਡੇ ਪਿੰਡ ਦੇ ਮੁੰਡਾ ਮੇਰੇ ਨਾਲ ਆ, ਇਹ ਉੱਧਰ ਨੂੰ ਘੁੰਮਣ ਗਏ ਅਤੇ ਇਹਨਾਂ ਨੇ ਦੇਖਿਆ ਪਹਿਲਾਂ ਵੀ ਜਿੱਦਾਂ ਗੁੱਡਾ ਹੁੰਦਾ ਇੱਦਾਂ ਛੋਟੀ ਜਿਹੀ ਬੱਚੀ, ਤਾਂ ਉੱਦਾਂ ਹੀ ਵੀ ਜਾਣੀ ਕਿ ਜਿੱਦਾਂ ਨੰਗੇ ਹੀ ਪਿੰਡੇ ਇੱਦਾਂ ਵਿੱਚ ਪਾਣੀ ਦੇ ਸੁੱਟੀ ਹੋਈ ਸੀ। ਅਤੇ ਪਰ ਇਹ ਜਿਹਨੇ ਵੀ ਕੰਮ ਕੀਤਾ ਜੀ ਬਹੁਤ ਮਾੜਾ ਆ ਜੀ, ਜਾਣੀ ਕਿ ਜਿੱਦਾਂ, ਅਤੇ ਉਹਨਾਂ ਨੂੰ ਇਹ ਕਰੀ ਪਾਉਣ ਛਾਣ ਕਰਕੇ ਪਤਾ ਲੱਗਣਾ ਚਾਹੀਦਾ ਜੀ, ਕਿਹਨੇ ਘਟੀਆ ਕੰਮ ਕੀਤਾ ਹੈ ਜੀ ਇਹ, ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ। ਬੱਚੀ 10-15 ਦਿਨਾਂ ਦੇ ਕਰੀਬ ਹੈ ਜੀ, ਇੱਦਾਂ ਜਾਣੀ ਕਿ ਜਿੱਦਾਂ ਵੀ ਜੰਮ ਕੇ ਜਿੱਦਾਂ ਛੇਤੀ 2-4 ਦਿਨਾਂ ਦੇ ਬਾਅਦ ਹੀ ਜਾਣੀ ਕਿ ਜਿੱਦਾਂ ਸੁੱਟਤੀ ਹੈ। ਪ੍ਰਸ਼ਾਸਨ ਤੋਂ ਮੰਗ ਇਹ ਹੋਈ ਆ ਵੀ ਜੋ ਵੀ ਕੀਤਾ ਆ, ਜਾਣੀ ਕਿ ਜਿੱਦਾਂ ਇਹ ਘਟੀਆ ਕੰਮ ਕੀਤਾ ਗਿਆ ਜੀ, ਜਿਹਨੇ ਕੀਤਾ ਉਹਨੂੰ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਜਾਂ ਉਹਨੂੰ ਸਜ਼ਾ ਦਿੱਤੀ ਜਾਵੇ, ਉਹਨੂੰ ਦੱਸਿਆ ਜਾਵੇ ਉਹਨਾਂ ਨੂੰ ਵੀ ਨਹੀਂ ਇੱਦਾਂ ਤਾਂ ਨਹੀਂ ਜੀ। ਹੁਣ ਜਿੱਦਾਂ ਅਸੀਂ ਕਹਿ ਸਕਦੇ ਉਹ ਤੋਂ ਸਾਨੂੰ ਤਾਂ ਰੱਬੀ ਜਾਣੀ ਕਿ ਜਿੱਦਾਂ ਪਤਾ ਲੱਗਾ, ਦੇਖਿਆ ਅਤੇ ਪਤਾ ਲੱਗ ਗਿਆ ਜੀ। ਹਾਂਜੀ, ਕੋਈ ਕਰ ਸਕਦਾ ਬਾਹਰੋਂ ਆਣ ਕੇ ਵੀ, ਹਾਂਜੀ ਹਾਂਜੀ। ਇਹ ਭਾਅ ਜੀ ਹਰਪ੍ਰੀਤ ਸਿੰਘ ਮੇਰਾ ਨਾਮ ਹੈ, ਪਿੰਡ ਸਰਾਏ ਜੱਟਾਂ ਵਾ, ਸਨ ਆਫ ਜਸਵਿੰਦਰ ਸਿੰਘ, ਠੀਕ ਹੈ ਭਾਅ ਜੀ। ਅਸੀਂ ਜਾ ਰਹੇ ਸੀਗੇ ਦਰਬਾਰ 'ਤੇ ਪੀਰ ਬਾਬਾ ਝੰਗੀ ਵਾਲੇ ਦੇ, ਅਸੀਂ ਜਾ ਰਹੇ ਸੀਗੇ ਅਤੇ ਛੱਪੜ ਦੇ ਕੋਲੋਂ ਦੀ ਰਾਸਤਾ ਵਾ, ਅਸੀਂ ਛੱਪੜ ਦੇ ਵਿੱਚ ਦੇਖਿਆ ਨਵ ਜੰਮਿਆ ਬੱਚਾ ਕਿਸੇ ਨੇ ਸੁੱਟਿਆ ਹੋਇਆ ਵਾ ਭਾਅ ਜੀ। ਅਸੀਂ ਉਹਨੂੰ ਦੇਖਿਆ ਹਿਲਾਇਆ ਅਤੇ ਉਹ ਪ੍ਰੋਪਰ ਬੱਚਾ ਹੀ ਸੀਗਾ, ਪਹਿਲਾਂ ਅਸੀਂ ਸਮਝੇ ਸੀਗੇ ਕਿ ਕੋਈ ਖਿਡੌਣਾ ਕੋਈ ਗੁੱਡੀ ਵਗੈਰਾ ਵਾ, ਅਤੇ ਜਦੋਂ ਉਹਨੂੰ ਅਸੀਂ ਦੇਖਿਆ ਸੋਟੀ ਦੇ ਨਾਲ ਡੰਡੇ ਨਾਲ ਹਿਲਾ ਕੇ, ਅਤੇ ਉਹ ਭਾਅ ਜੀ ਬੱਚੀ ਸੀਗੀ ਨਵ ਜੰਮੀ, ਕੋਈ ਹੋਊਗੀ 10-12 ਦਿਨਾਂ ਦੀ, ਜ਼ਿਆਦਾ ਵੀ ਨਹੀਂ ਗੀ ਕੋਈ,
ਤੇ ਕਿਸੇ ਨੇ ਭਾਅ ਜੀ ਬਹੁਤ ਮਾੜਾ ਕਰਮ ਕੀਤਾ ਵਾ ਇਹ ਸੁੱਟਿਆ ਜਿੱਦਾਂ। ਫਿਰ ਅਸੀਂ ਆਪਣੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ, ਉਹਨੂੰ ਸਾਰੀ ਗੱਲਬਾਤ ਦੱਸੀ ਵੀ ਇੱਦਾਂ ਕਰਕੇ। ਉਹ ਆਏ, ਉਹਨਾਂ ਨੇ ਸ਼ਹਿਰ ਥਾਣੇ ਫੋਨ ਕੀਤਾ, ਮੁਲਾਜ਼ਮ ਆਏ ਆ, ਹੁਣ ਕਾਰਵਾਈ ਉਹ ਕਰਨਗੇ ਵੀ ਇਹ ਕਿੱਦਾਂ ਕੀ ਹਿਸਾਬ ਕਿਤਾਬ ਆ, ਕਿਹਨੇ ਇਹ ਕਰਮ ਕੀਤਾ। ਪਰ ਭਾਅ ਜੀ ਜਿਹਨੇ ਵੀ ਕੀਤਾ ਮਾੜਾ ਕੰਮ ਕੀਤਾ ਇਹ ਬਹੁਤ ਜ਼ਿਆਦਾ। ਹਾਂਜੀ, ਮੈਂ ਐਸ ਸੀ ਜੋਗਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ। ਅੱਜ ਸਾਨੂੰ ਥਾਣੇ ਸੂਚਨਾ ਮਿਲੀ ਸੀ ਕਰੀਬ 1:30 ਵਜੇ 'ਤੇ ਵੀ ਪਿੰਡ ਸਰਾਏ ਜੱਟਾਂ ਦੇ ਕੋਈ ਨਜ਼ਦੀਕ ਛੱਪੜ ਹੈਗਾ ਵਾ, ਉੱਥੋਂ ਕੋਈ ਭਰੂਣ ਮਿਲਿਆ ਹੈ। ਜਿਸ 'ਤੇ ਅਸੀਂ ਤੁਰੰਤ, ਮੈਂ ਤਾਂ ਮੇਰੇ ਨਾਲ ਦੇ ਸਾਥੀ ਪੁਲਿਸ ਮੁਲਾਜ਼ਮ ਅਸੀਂ ਮੌਕੇ 'ਤੇ ਪੁੱਜੇ ਹਾਂ। ਪਿੰਡ ਦੀ ਪੰਚਾਇਤ ਜਿਹੜੇ ਆ ਉਸ ਵਾਰ ਵੀ ਹਾਜ਼ਰ ਆ। ਭਰੂਣ ਤੋਂ ਲੱਗਦਾ ਵੀ ਜਿੱਦਾਂ ਇਹ ਲੜਕੀ ਆ ਜੀ, ਬੱਚਾ ਜਿੱਦਾਂ ਤਾਂ ਮਤਲਬ ਪੂਰਾ ਹੀ ਹੈਗਾ ਵਾ ਬੱਚਾ, ਅਤੇ ਲੜਕੀ ਆ, ਲੜਕੀ ਦਾ ਭਰੂਣ ਹੈ। ਇਹਨੂੰ ਜਿਹੜਾ ਇਹਦੀ ਡੈਡ ਬੋਡੀ ਲੈ ਕੇ ਜਾ ਰਹੇ ਹਾਂ ਸਿਵਲ ਹਸਪਤਾਲ ਮੋਰਚਰੀ 'ਚ ਰਖਾ ਰਹੇ ਹਾਂ, ਅਤੇ ਜਿਹੜੀ ਆ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਨਹੀਂ ਫਿਲਹਾਲ ਤਾਂ ਹਜੇ ਸਾਨੂੰ ਡੈਡ ਬੋਡੀ ਮਿਲੀ ਆ, ਜਿੱਦਾਂ ਜਿਹੜਾ ਭਰੂਣ ਮਿਲਿਆ। ਉਸ ਤੋਂ ਬਾਅਦ ਫਿਰ ਸਿਵਲ ਹਸਪਤਾਲ ਮੋਰਚਰੀ 'ਚ ਰਖਾਏ, ਉਸ ਤੋਂ ਬਾਅਦ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ।